ਹਰ ਰੋਜ਼ ਕੋਠੀਆਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਹ ਤੇ ਸੈੱਟ ਕਰਕੇ ਜਰੂਰ ਦਬੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭੈਣ ਭਰਾ ਮੇਥੋਂ ਵੱਡੇ ਬਜ਼ੁਰਗ ਸਾਰਿਆਂ ਨੂੰ ਜੀ ਅੱਗੇ ਚੈਨਲ ਦਾ ਕਰੋ ਜੀ ਹੈਲਪਲਾਈਨ ਨੰਬਰ ਨੋਟ ਸਕਰੀਨ ਤੇ ਜੀ ਜੇ ਕਿਸੇ ਮੇਰੀ ਭੈਣ ਨੇ ਭਰਾ ਨੇ ਬਜ਼ੁਰਗ ਨੇ ਐਡ ਕਰਾਉਣੀ ਹੋਵੇ ਕਿਸੇ ਵੀ ਕੋਠੀ ਦੀ ਕਿਸੇ ਵੀ ਮਕਾਨ ਦੀ ਤਾਂ ਜਿਹੜਾ ਨੰਬਰ ਆਪਣਾ ਸਕਰੀਨ ਤੇ ਐ ਇਸੇ ਨੰਬਰ ਤੇ 10 ਤੋਂ 12 ਤੱਕ ਫੋਟੋਆਂ ਜੀ 3-4 ਮਿੰਟ ਦੀ ਵੀਡੀਓ ਤੇ ਬਾਕੀ ਦੀ ਜਾਣਕਾਰੀ ਜਿੰਨੀ ਵੀ ਹੁੰਦੀ ਐ ਸਾਰਾ ਕੁਝ ਆਪਣੇ ਨੰਬਰ ਤੇ ਭੇਜ ਕੇ ਐਡ ਤੁਸੀਂ ਲੁਵਾ ਸਕਦੇ ਹੋ ਜੀ ਇੱਕ ਚੈਨਲ ਵੱਲੋਂ ਬੇਨਤੀ ਐ ਜੀ ਜਦੋਂ ਆਪਣੇ ਕੋਲੇ ਕੋਈ ਵੀ ਕੋਠੀ ਜਾਂ ਮਕਾਨ ਭੇਜ ਦਿਓ ਜੀ ਵੇਚਣ ਵਾਸਤੇ ਤੇ ਉਹਦੀ ਜਾਣਕਾਰੀ ਸਾਰੀ ਭੇਜਿਆ ਕਰੋ ਤੇ ਵੀਡੀਓ ਬਣਾ ਕੇ ਜਰੂਰ ਭੇਜਿਆ ਕਰੋ 3-4 ਮਿੰਟ ਦੀ ਜੀ ਤਾਂ ਕਿ ਜਿਹਨੇ ਕੋਠੀ ਖਰੀਦਣੀ ਹੋਵੇ ਉਹਨੂੰ ਸਾਰਾ ਕੁਝ ਪਤਾ ਲੱਗ ਸਕੇ ਜੀ ਤੇ ਅੱਗੇ ਆਪਾਂ ਹੁਣ ਕਰਦੇ ਹਾਂ ਜੀ ਵੀਡੀਓ ਸਟਾਰਟ ਤੇ ਤੁਹਾਡੇ ਸਾਰੇ ਕਮੈਂਟ ਵੀ ਪੜਾਂਗੇ ਕਰਦਾ ਜੀ ਹੁਣ ਆਪਾਂ ਕੋਠੀ ਦੀ ਗੱਲ ਜੀ ਆਪਣੇ ਕੋਲੇ ਕੋਠੀ ਪਹੁੰਚੀ ਹੈ ਜੀ ਬਿਕਾਉਲਿੰਗ ਬਹੁਤ ਵਧੀਆ ਕੋਠੀ ਹੈ ਜੀ ਤੇ ਸਾਰਾ ਕੰਮ ਜਿਹੜਾ ਕੋਠੀ ਦਾ ਹੋਇਆ ਜੀ A to Z ਜੀ ਪੱਥਰ ਵਗੈਰਾ ਸਾਰਾ ਲੱਗਿਆ ਹੋਇਆ ਜੀ ਤੇ ਕਲਰ ਪੈਂਟ ਸਾਰਾ ਹੋਇਆ ਤੇ ਜਿੰਨਾ ਲੱਕੜ ਦਾ ਕੰਮ ਹੁੰਦਾ ਜੀ ਸਾਰਾ ਹੋਇਆ ਜੀ ਵਧੀਆ ਕਿਚਨ ਨੇ ਵਧੀਆ ਬੈਡਰੂਮ ਨੇ ਤੇ ਕੋਠੀ ਆ ਆਪਣੇ ਕੋਲੇ ਆ ਤਿੰਨ ਮੰਜ਼ਲੀ ਜੀ ਤਿੰਨ ਫਲੋਰ ਵਾਲੀ ਕੋਠੀ ਹੈ ਜੀ ਇਹਦੇ ਵਿੱਚ ਤਿੰਨ ਤਾਂ ਬੈੱਡਰੂਮ ਨੇ ਤੇ ਦੋ ਕਿਚਨ ਹੈ ਜੀ ਤਿੰਨ ਬਾਥਰੂਮ ਨੇ ਜੀ ਤੇ ਕੋਠੀ ਵਧੀਆ ਜੀ ਤੇ ਸਾਰਾ ਕੁਝ ਪੂਰਾ ਵਧੀਆ ਲਾਈਟਿੰਗ ਦਾ ਸਾਰਾ ਕੰਮ ਹੋਇਆ ਜੀ ਵਧੀਆ ਪਾਣੀ ਦੀ ਸਪਲਾਈ ਹੈ ਕਿਸੇ ਪਾਸੋਂ ਕਮੀ ਪੇਸ਼ੀ ਤਾਂ ਮਾਲਕ ਨੇ ਛੱਡੀ ਨਹੀਂ ਥੋੜੀ ਜੀ ਪੁਰਾਣੀ ਕੋਠੀ ਹੈ ਜੀ ਪਰ ਕੰਡੀਸ਼ਨ ਦੀ ਵਧੀਆ ਜੀ ਤੇ ਸੰਭਾਈ ਦੇ ਵਿੱਚ ਰਹੀ ਹੈ ਜੀ ਤੇ ਸਾਰਾ ਲੱਕੜ ਦਾ ਕੰਮ ਹੋਇਆ ਜੀ ਤੇ ਕਿਚਨ ਦਾ ਸਾਰਾ ਕੰਮ ਹੋਇਆ ਤੇ ਬਾਥਰੂਮ ਵਗੈਰਾ ਦਾ ਸਾਰਾ ਕੰਮ ਹੋਇਆ ਜੀ ਇਸੇ ਪਾਸੋਂ ਕੋਈ ਦਿੱਕਤ ਨਹੀਂ ਵਧੀਆ ਕੋਠੀ ਹੈ ਜੀ ਤਿੰਨ ਬਾਥਰੂਮ ਨੇ ਦੋ ਕਿਚਨ ਹੈ ਜੀ ਤੇ ਕੋਠੀ ਆਪਣੇ ਕੋਲੇ ਪਹੁੰਚੀ ਆ ਸ਼ਰੀਫ ਪੂਰਾ ਏਰੀਆ ਚੋਂ 22 ਲੱਖ ਮਾਲਕ ਨੇ ਡਿਮਾਂਡ ਰੱਖੀ ਹੈ ਜੀ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਬਾਕੀ ਤੁਸੀਂ ਇਹਨਾਂ ਨੂੰ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਜੀ ਤੇ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਨੋਟ ਕਰੋ ਜੀ ਨੰਬਰ ਹੈ 96460 ਤੇ 43009 ਦੁਬਾਰਾ ਫਿਰ ਤੋਂ ਬੋਲ ਦਿੰਨਾ ਜੀ 96460 43009 ਇਹਨਾਂ ਨੂੰ ਇਸ ਨੰਬਰ ਤੇ ਫੋਨ ਕਰ ਲਿਓ ਤੁਸੀਂ ਤੇ ਜਾ ਕੇ ਦੇਖ ਲਿਓ ਜੀ ਤੇ ਜਾ ਕੇ ਦੇਖ ਕੇ ਤੇ ਗੱਲਬਾਤ ਕਰਕੇ ਤੇ ਡੀਲ ਕਰ ਸਕਦਾ ਹਾਂ ਜੀ ਬਾਕੀ ਕਮੀ ਪੇਸ਼ੀ ਕੋਈ ਨਹੀਂ ਵਧੀਆ ਮੈਨ ਗੇਟ ਲੱਗਿਆ ਹੋਇਆ ਵਧੀਆ A to Z ਸਾਰਾ ਕੰਮ ਹੋਇਆ ਜੀ ਬਾਕੀ 22 ਲੱਖ ਮੰਗਦੇ ਜੀ ਤੇ ਕੋਠੀ ਦਾ ਆਪਾਂ ਸਾਰਾ ਕੁਝ ਦੱਸਤਾ ਤੁਹਾਨੂੰ ਕੋਠੀ ਦੀ ਗੱਲਬਾਤ ਹੋ ਗਈ ਤੇ ਦੱਸੋ ਜਰੂਰ ਤੁਸੀਂ ਕਮੈਂਟ ਕਰਕੇ ਕੋਠੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ ਜੀ ਕਮੈਂਟ ਕਰਕੇ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਵੀਡੀਓ ਦੇਖਣਾ ਪਸੰਦ ਕਰਦੋ ਜੀ ਤਾਂ ਥੱਲੇ ਇੱਕ ਰੈੱਡ ਕਲਰ ਦਾ ਬਟਨ ਹੋਊਗਾ ਜੀ ਤੇ ਸਬਸਕ੍ਰਾਈਬ ਲਿਖਿਆ ਨੂੰ ਕਲਿੱਕ ਕਰ ਦਿਓ ਜੀ ਤੇ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਆਲਟ ਸੈਟ ਕਰਕੇ ਕਲਿੱਕ ਕਰ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਵੀਡੀਓ ਪਸੰਦ ਆਈ ਹੋਵੇ ਵਧੀਆ ਲੱਗਿਓ ਵੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਅੱਗੇ ਆਪਾਂ ਹੁਣ ਕਮੈਂਟਾਂ ਦੀ ਗੱਲ ਕਰਦੇ ਹਾਂ ਜੀ ਸਾਰੇ ਆਪਾਂ ਕਮੈਂਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਬਲਜਿੰਦਰ ਔਲਖ ਦਾ ਕਮੈਂਟ ਪਹੁੰਚਿਆ ਜੀ ਕਹਿੰਦੇ ਨਾਈਸ ਕੋਠੀ ਵੀਰੇ ਹਾਂਜੀ ਕੋਠੀ ਤਾਂ ਨਾਈਸ ਹੈ ਜੀ ਤੇ ਸੁਮਨ ਜਾਨੀ ਕਹਿੰਦੇਗੀ ਮਲੋਟ ਮੇ ਦੱਸੋ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਮਲੋਟ ਏਰੀਆ ਚੋਂ ਲੈ ਕੇ ਆਉਨੇ ਆ ਤੇ ਤੁਸੀਂ ਵੇਟ ਕਰੋ ਜੀ ਤੇ ਅਗਲਾ ਕਮੈਂਟ ਜੀ ਅਲਬਰਟ ਦਾ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੇ ਕਹਿੰਦੇ ਜੀ ਫਰੀਦਕੋਟ ਏਰੀਆ ਚੋਂ ਕੋਈ ਕੋਠੀ ਹੋਵੇ ਤਾਂ ਜਰੂਰ ਦੱਸੋ ਕੋਈ ਗੱਲ ਨਹੀਂ ਜੀ ਇਕਰਾਮ ਖਾਨ ਕਹਿੰਦੇ ਜੀ ਵੈਰੀ ਨਾਈਸ ਸਾਰਾ ਬਹੁਤ ਬਹੁਤ ਧੰਨਵਾਦ ਜੀ ਪਰ ਸਰ ਨਾਖੋ ਜੀ ਤੁਹਾਡੇ ਛੋਟੇ ਭਰਾ ਵਰਗਾ ਜੀ ਮੈਂ ਖਾਨ ਸਾਹਿਬ ਤੇ ਸਰ ਨਾ ਆਖਿਆ ਕਰੋ ਤੇ ਆਕਾਸ਼ ਕਹਿੰਦੇ ਅੱਗੇ ਵੈਰੀ ਨਾਈਸ ਬਹੁਤ ਬਹੁਤ ਧੰਨਵਾਦ ਜੀ ਕਰਮਜੀਤ ਗਿੱਲ ਕਹਿੰਦੇ ਵੈਰੀ ਗੁੱਡ ਵੀਰੇ ਬਹੁਤ ਬਹੁਤ ਧੰਨਵਾਦ ਜੀ ਤੇ ਸਤਨਾਮ ਕੌਰ ਕਹਿੰਦੇ ਵੈਰੀ ਨਾਈਸ ਬਹੁਤ ਬਹੁਤ ਧੰਨਵਾਦ ਮੇਰੀ ਭੈਣ ਤੇ ਰਮਨਦੀਪ ਕੌਰ ਕਹਿੰਦੇ ਹੈਲੋ ਵੀਰੇ ਖੰਨੇ ਵਿੱਚ ਕੋਈ ਕੋਠੀ ਹੋਵੇ 20 ਲੱਖ ਤੱਕ ਤਾਂ ਦੱਸੋ ਆ ਜਰੂਰ ਮੇਰੀ ਭੈਣ ਖੰਨੇ ਏਰੀਆ ਚੋਂ ਆਪਾਂ ਤੁਹਾਡੇ ਲਈ ਕੋਠੀ ਲੈ ਕੇ ਜਰੂਰ ਆਵਾਂਗੇ ਜਲਦੀ ਆਵਾਂਗੇ ਤੇ ਵੇਟ ਕਰੋ ਜੀ ਆਪਾਂ ਕਰ ਦਿੰਨੇ ਆ ਐਡ ਜੀ ਗੁਰਦੇਵ ਢੱਲੇਵਾਲ ਕਹਿੰਦੇ ਐ ਇਟਲੀ ਹਾਂ ਇਟਲੀ ਤੋਂ ਜੀ ਤੁਸੀਂ ਬਹੁਤ ਵਧੀਆ ਲੱਗਿਆ ਜੀ ਤੇ ਤੁਸੀਂ ਟਾਈਮ ਕੱਢ ਕੇ ਵੀਡੀਓ ਦੇਖੀ ਗੁਰਦੇਵ ਢੱਲੇਵਾਲ ਜੀ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਆਪਣੇ ਆਪ ਦੇ ਚੈਨਲ ਤੇ ਤੁਹਾਡਾ ਸੁਭਾਗਤ ਹੈ ਜੀ ਬਾਕੀ ਅੱਜ ਲਈ ਇਹਨੇ ਜੀ ਤੇ ਅੱਜ ਦੇ ਕਮੈਂਟ ਬਹੁਤ ਸੋਹਣੇ ਸੀਗੇ ਬਹੁਤ ਵਧੀਆ ਲੱਗਿਆ ਜੀ ਤੇ ਸਾਰੇ ਕਮੈਂਟ ਬਹੁਤ ਸੋਹਣੇ ਸੀਗੇ ਤੇ ਬਾਕੀ ਜਿੰਨੇ ਕਮੈਂਟ ਰਹਿ ਗਏ ਆਪਾਂ ਕੱਲ੍ਹ ਵਾਲੀ ਵੀਡੀਓ ਚ ਪੜਾਂਗੇ ਬਾਕੀ ਜਿਆਦਾ ਲੰਮੀ ਵੀਡੀਓ ਆਪਾਂ ਖਿੱਚ ਨਹੀਂ ਸਕਦੇ ਕਿਉਂਕਿ ਤੁਸੀਂ ਦੇਖਣੀ ਨਹੀਂ ਜਿਆਦਾ ਲੰਮੀ ਵੀਡੀਓ ਤੇ ਸਾਰੇ ਕਮੈਂਟ ਪੜਨ ਲੱਗੇ ਤਾਂ 2-3 ਘੰਟੇ ਲੱਗ ਜਾਣਗੇ ਬਾਕੀ ਆਪਾਂ ਹੌਲੀ-ਹੌਲੀ ਕਮੈਂਟ ਪੜਦੇ ਹੁੰਦੇ ਆ ਜੀ ਸਾਰੇ ਪੜਦੇ ਹੁੰਨੇ ਆ ਤੇ ਬਾਕੀ ਬਹੁਤ سپورਟ ਕਰਦੇ ਹੋ ਤੁਸੀਂ ਬਹੁਤ ਪਿਆਰ ਦਿੰਦੇ ਹੋ ਬਹੁਤ-ਬਹੁਤ ਧੰਨਵਾਦ ਜੀ ਤੇ ਜਲਦੀ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਦੇ ਨਾਲ ਜੀ ਜੁੜੇ ਰਹੋ ਜੀ ਤੁਹਾਡੇ ਆਪਣੇ ਆਪ ਦੇ ਚੈਨਲ ਦੇ ਨਾਲ ਜੀ